ਸਕਰੀਨ ਤੇ ਇਹ ਤਸਵੀਰਾਂ ਦੇਖ ਕੇ ਸ਼ਾਇਦ ਤੁਹਾਡੇ ਮਨਾਂ ਦੇ ਵਿੱਚ ਵੀ ਗੁੱਸਾ ਪੈਦਾ ਹੋ ਰਿਹਾ ਹੋਵੇਗਾ ਤੇ ਰੋਸ ਪੈਦਾ ਹੋ ਰਿਹਾ ਹੋਵੇਗਾ। ਪਰ ਗੱਲ ਇਹ ਦੇਖਣ ਵਾਲੀ ਹੈ, ਮੰਨਿਆ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਪਰ ਕਦੋਂ ਤੱਕ ਅਜਿਹੀਆਂ ਗਲਤੀਆਂ ਮਾਫ ਕੀਤੀਆਂ ਜਾਣਗੀਆਂ? ਪਹਿਲਾਂ ਗਲਤੀਆਂ ਕਰਨਾ, ਫਿਰ ਮਾਫੀ ਮੰਗਣੀ, ਕਦੋਂ ਤੱਕ ਇਹੀ ਕਾਰਨਾਮੇ ਚੱਲਦੇ ਰਹਿਣਗੇ? ਇਹ ਕੋਈ ਆਮ ਮਹਿਲਾ ਨਹੀਂ ਹੈ। ਇਸ ਮਹਿਲਾ ਦੇ ਇੰਸਟਾਗ੍ਰਾਮ ਉੱਤੇ ਤਕਰੀਬਨ 1,37,000 ਫੋਲੋਅਰਸ ਨੇ ਹੁਣ ਤੱਕ। ਪਰ ਗੱਲ ਇਹ ਦੇਖਣ ਵਾਲੀ ਹੈ ਕਿ ਅਜਿਹੇ ਕਾਰੇ ਕਿਉਂ ਹੀ ਕਰਨੇ ਨੇ, ਜਦਕਿ SGPC ਵੱਲੋਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਫੋਨ ਨੂੰ ਰਿਸਟ੍ਰਿਕਟ ਕੀਤਾ ਗਿਆ ਕਿ ਫੋਨ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਏ ਤੇ ਫੋਟੋ ਤੇ ਵੀਡੀਓਜ਼ ਉੱਥੇ ਨਾ ਖਿੱਚੀਆਂ ਜਾਣ ਤੇ ਨਾ ਹੀ ਵੀਡੀਓਜ਼ ਬਣਾਈਆਂ ਜਾਣ। ਪਰ ਫਿਰ ਵੀ ਅਜਿਹੇ ਕਾਰਨਾਮੇ ਕਰਨ ਦਾ ਕਿਆ ਫਾਇਦਾ ਹੁੰਦਾ ਜਦੋਂ ਬਾਅਦ ਦੇ ਵਿੱਚ ਮਾਫੀਆਂ ਮੰਗਣੀਆਂ ਹੁੰਦੀਆਂ ਨੇ? SGPC ਵੱਲੋਂ ਇਸ ਉੱਤੇ ਜਿਹੜਾ ਬਿਆਨ ਦਿੱਤਾ ਗਿਆ, ਬਿਆਨ ਵੀ ਤੁਸੀਂ ਇੱਕ ਵਾਰ ਜ਼ਰੂਰ ਸਕਰੀਨ ਤੇ ਸੁਣ ਲਵੋ ਕਿ ਕੀ ਹੈ ਕਹਿਣਾ SGPC ਕਮੇਟੀ ਦੇ ਹੈੱਡ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦੀ ਕੇਂਦਰ, ਉਹ ਕੇਂਦਰ ਬਿੰਦੂ ਆ ਜਿੱਥੇ ਸੰਗਤਾਂ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਨਮਸਕਾਰ ਕਰਨ ਵਾਸਤੇ ਆਉਂਦੀਆਂ ਨੇ। ਬਹੁਤ ਸਾਰੀਆਂ ਸੰਗਤਾਂ ਦਾ ਇਹ ਸੁਪਨਾ ਹੁੰਦਾ ਵੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਅਸੀਂ ਦਰਸ਼ਨ ਕਰੀਏ, ਪਰ ਬਹੁਤ ਸਾਰੀਆਂ ਸੰਗਤਾਂ ਦੇ ਇਹ ਜਿਹੜਾ ਸੁਪਨਾ ਪੂਰਾ ਹੋ ਜਾਂਦਾ, ਕਈਆਂ ਦਾ ਇਹ ਅਧੂਰਾ ਰਹਿ ਜਾਂਦਾ। ਸੋ ਕੱਲ੍ਹ ਇੱਕ ਕੈਮਰੇ ਵੇਖਣ 'ਤੇ ਪਾਇਆ ਗਿਆ ਕਿ ਇੱਕ ਬੀਬੀ ਆ ਜਿਹੜੀ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ 6:53 'ਤੇ ਐਂਟਰੀ ਕਰਦੀ ਆ, ਜੋ 6:57 'ਤੇ ਦਰਬਾਰ ਸਾਹਿਬ ਦੇ ਅਗਲੇ ਪਾਸੇ ਦੀ ਲੰਘਦੀ ਆ। ਲਗਭਗ ਉਹ 1 ਘੰਟਾ ਰਹਿੰਦੀ ਆ। 7:04 'ਤੇ ਉਹਨੇ ਇਹ ਆਸਣ ਕਰਿਆ, ਯੋਗ ਆਸਣ ਕਰਿਆ, ਅਤੇ ਲਗਭਗ 1 ਘੰਟਾ ਉਹ ਪਰਿਕਰਮਾ 'ਚ ਰਹਿੰਦੀ ਆ। ਅਤੇ ਉਹਨੇ ਕਿਤੇ ਵੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਜਾਂ ਉਹ ਆਲੇ ਦੁਆਲੇ ਕਿਸੇ ਵੀ ਸਥਾਨ 'ਤੇ ਉਸ ਬੀਬੀ ਨੇ ਨਮਸਕਾਰ ਨਹੀਂ ਕੀਤੀ। ਸੋ ਇਹ ਜਾਪਦਾ ਕਿ ਉਹ ਬੀਬੀ, ਕਿਉਂਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਇੱਕ ਸਿੱਖਾਂ ਦਾ ਉਹ ਕੇਂਦਰ ਆ ਜਿੱਥੇ ਇਹ ਕਹਿ ਲਓ ਇੱਕ ਆਪਣੀ ਉਹ ਬੀਬੀ ਮਸੂਰੀ ਕੱਟਣ ਵਾਸਤੇ ਇਹ ਯੋਗ ਆਸਣ ਕੀਤਾ, ਜਿਹਦੇ ਨਾਲ ਸੰਗਤਾਂ ਦੇ ਮਨਾਂ 'ਚ ਬੜੀ ਠੇਸ ਪਹੁੰਚੀ ਆ। ਸੋ ਅਸੀਂ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵੱਲੋਂ ਉਹ ਬੀਬੀ ਦੇ ਖਿਲਾਫ਼ ਇੱਕ ਪੁਲਿਸ ਨੂੰ ਇੱਕ ਦਰਖਾਸਤ ਦਿੱਤੀ ਆ। ਭਾਵੇਂ ਉਸ ਬੀਬੀ ਨੇ ਹੁਣੇ ਸੋਸ਼ਲ ਮੀਡੀਆ 'ਤੇ ਲਗਭਗ 1.25 ਘੰਟਾ ਹੋ ਗਿਆ, ਉਹਨੇ ਆਪਣੀ ਇਹ ਮਾਫੀ ਮੰਗ ਲਈ ਆ। ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ, ਪਹਿਲਾਂ ਇਹ ਗਲਤੀਆਂ ਇੱਥੇ ਆ ਕੇ ਕਿਉਂ ਕਰਦੇ ਨੇ, ਫਿਰ ਬਾਅਦ 'ਚ ਮਾਫੀਆਂ ਮੰਗਦੇ ਨੇ? ਸੋ ਅਜਿਹੀਆਂ ਗੱਲਾਂ, ਅਜਿਹੀਆਂ ਹਰਕਤਾਂ ਤੋਂ ਇਹਨਾਂ ਨੂੰ ਆਵਾਜ਼ ਆਉਣਾ ਚਾਹੀਦਾ, ਜਿਹਦੇ ਨਾਲ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚਦੀ ਆ। ਅਸੀਂ ਬਾਕੀ ਸੰਗਤਾਂ ਨੂੰ ਵੀ ਅਪੀਲ ਕਰਦੇ ਹਾਂ, ਬੇਨਤੀ ਕਰਦੇ ਹਾਂ, ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸਿੱਖਾਂ ਦੀ ਆਸਥਾ ਦਾ ਉਹ ਕੇਂਦਰ ਆ ਜਿੱਥੇ ਬਹੁਤ ਸਾਰੀਆਂ ਸੰਗਤਾਂ ਸ਼ਰਧਾ ਅਤੇ ਸਤਿਕਾਰ ਵਾਸਤੇ ਆਉਂਦੀਆਂ ਨੇ। ਸੋ ਇੱਥੇ ਆ ਕੇ ਅਸੀਂ ਇੱਦਾਂ ਦੀਆਂ ਵੀਡੀਓ, ਇੱਦਾਂ ਦੇ ਆਸਣ ਨਾ ਕਰਿਆ ਕਰੀਏ ਜਿਹਦਾ ਦੇ ਨਾਲ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚੇ। ਸੋ ਜਿਹੜੇ ਸਾਡੇ ਮੁਲਾਜ਼ਮਾਂ ਦੀ ਉੱਥੇ ਡਿਊਟੀ ਸੀਗੀ, ਉਹ 3 ਮੁਲਾਜ਼ਮਾਂ ਦੇ ਖਿਲਾਫ਼ ਅਸੀਂ, ਭਾਈ ਗਗਨਪਾਲ ਸਿੰਘ ਆ ਜੋ ਆਰਜੀ ਸੇਵਾਦਾਰ, ਭਾਈ ਹਰਜਿੰਦਰ ਸਿੰਘ ਜੀ ਸੇਵਾਦਾਰ, ਭਾਈ ਪਲਵਿੰਦਰ ਸਿੰਘ ਜੀ ਸੇਵਾਦਾਰ, ਉਹ ਮੁੱਢਲੇ ਤੌਰ 'ਤੇ ਅਸੀਂ ਉਹਨਾਂ ਨੂੰ ਮੁਅੱਤਲ ਕਰਕੇ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਆ। ਸੋ ਬਾਕੀ ਵੀ ਮੁਲਾਜ਼ਮਾਂ ਨੂੰ ਹਦਾਇਤ ਕਰ ਦਿੱਤੀ ਆ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਇੱਦਾਂ ਦੀ ਕੋਈ ਗੱਲਬਾਤ ਪਾਏਗੀ ਤਾਂ ਉਹਨਾਂ ਦੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੋ ਸੰਗਤਾਂ ਨੂੰ ਵੀ ਬੇਨਤੀ ਆ ਕਿ ਇੱਥੇ ਆ ਕੇ ਅਜਿਹੀਆਂ ਗੱਲਾਂ ਤੋਂ ਸਾਨੂੰ ਸੁਚੇਤ ਹੋਣਾ ਚਾਹੀਦਾ, ਅਜਿਹੀਆਂ ਗੱਲਾਂ ਜਿਹਦੇ ਨਾਲ ਸੰਗਤਾਂ ਦੇ ਮਨਾਂ ਨੂੰ ਕੋਈ ਠੇਸ ਨਾ ਪਹੁੰਚੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਨੇ ਬਿਆਨ, ਇਸਦੇ ਵਿੱਚ ਸਾਫ਼ ਤੌਰ 'ਤੇ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ SGPC ਵੱਲੋਂ ਪੁਲਿਸ ਨੂੰ ਇੱਕ ਦਰਖਾਸਤ ਦਿੱਤੀ ਗਈ ਹੈ ਇਸ ਮਹਿਲਾ ਦੇ ਖਿਲਾਫ਼ ਕਿ ਇਸਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਏ।
ਹੋਰ ਤੇ ਹੋਰ ਜਿਹੜੇ ਕਰਮਚਾਰੀ ਜਾਂ ਸੇਵਾਦਾਰ ਉੱਥੇ ਮੌਜੂਦ ਸੀਗੇ ਉਸ ਵੇਲੇ, ਜਿਨ੍ਹਾਂ ਵੱਲੋਂ ਇਹ ਅਣਗਹਿਲੀ ਹੋ ਗਈ ਕਿ ਉਹਨਾਂ ਵੱਲੋਂ ਇਹ ਮਹਿਲਾ ਨੂੰ ਰੋਕਿਆ ਟੋਕਿਆ ਨਹੀਂ ਗਿਆ ਜਾਂ ਉਹਨਾਂ ਦੀ ਨਿਗਾਹ ਦੇ ਵਿੱਚ ਨਹੀਂ ਆਈ ਇਹ ਮਹਿਲਾ ਇਹੋ ਜਿਹੇ ਕੰਮ ਕਰਦੇ ਹੋਈ, ਤਾਂ ਉਹਨਾਂ ਖਿਲਾਫ਼ ਵੀ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਉਹਨਾਂ ਨੂੰ ਜਿਹੜੀ ਵਾਰਨਿੰਗ ਦਿੱਤੀ ਗਈ ਹੈ। ਪਰ ਗੱਲ ਹੁਣ ਇਹ ਦੇਖਣ ਵਾਲੀ ਹੈ, ਇਹ ਹੋ ਗਈ ਸਿਰਫ ਇੱਕ ਪਰਖੀ ਖਬਰ, ਇੱਕ ਪੱਖ ਦੀ ਖਬਰ। ਹੁਣ ਮਾਮਲਾ ਦੂਸਰੇ ਪਾਸੇ ਵੀ ਲੈ ਜਾਂਦੇ ਆ। ਇਹ ਇਨਫਲੂਐਂਸਰ ਵੱਲੋਂ ਇੱਕ ਪੋਸਟ ਵੀ ਸਾਂਝੀ ਕੀਤੀ ਜਾਂਦੀ ਹੈ ਸਟੋਰੀ ਉੱਤੇ, ਲਿਖਿਤ 'ਚ ਪਾਇਆ ਜਾਂਦਾ ਹੈ ਕਿ ਮੈਨੂੰ ਮਾਫ਼ ਕਰ ਦੇਵੋ। ਉਹਦਾ ਵੀ ਸਕਰੀਨਸ਼ੋਟ ਤੁਸੀਂ ਇੱਕ ਵਾਰ ਸਕਰੀਨ 'ਤੇ ਜ਼ਰੂਰ ਦੇਖ ਲਵੋ। ਇਸ ਤੋਂ ਬਾਅਦ ਇੱਕ ਹੋਰ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਜਿਸ ਵਿੱਚ ਇਹ ਇਨਫਲੂਐਂਸਰ ਦੱਸ ਰਹੀ ਹੈ ਕਿ ਵਿਅਕਤੀ ਵੱਲੋਂ ਇਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀ ਜਾ ਰਹੀਆਂ ਨੇ। ਤੁਮਨੇ ਜੋ ਵੀ ਆਜ ਤੁਮਾਰਾ ਦਹਿਲ ਹੋ ਰਹਾ ਹੈ ਫੋਟੋ, ਤੁਮਨੇ ਵਹਾਂ ਪਰ ਜਾ ਕੇ ਐਸੀ ਹਰਕਤ ਕੀ ਹੈ, ਤੁਮਕੋ ਕਿਸਨੇ ਭੇਜਾ ਹੈ, ਤੂੰ ਗੁਜਰਾਤ ਕੀ ਹੈ ਨਾ ਮੋਦੀ ਅੰਧ ਭਗਤ, ਤੇਰੇ ਕੋਈ ਮੋਦੀ ਨੇ ਭੇਜਾ ਜਾਂ ਕਿਸਨੇ ਭੇਜਾ ਹੈ, ਕੋਈ ਐਸੀ ਹਰਕਤ ਕਰਤੇ ਸ਼ਰਮ ਨਹੀਂ ਹੈ ਤੁਮਕੋ, ਤੁਮ ਲੋਕ ਅੰਧ ਭਗਤ ਹੋ, ਠੀਕ ਹੈ, ਅਬ ਤੇਰੇ ਕੋ ਮਾਰ ਵੀ ਸਕਤੇ ਹੈ, ਕੋਈ ਬੜੀ ਬਾਤ ਨਹੀਂ ਹਮਾਰੇ ਲਈ ਮਾਰਨਾ ਤੇਰੇ ਕੋ, ਠੀਕ ਹੈ, ਤੁਮਨੇ ਹਰਕਤ ਕੀ ਹੈ, ਤੇਰੇ ਕੋ ਸ਼ਰਮ ਨਹੀਂ ਚਾਹੀਏ, ਤੇਰੇ ਕੋ ਸ਼ਰਮ ਨਹੀਂ ਆਈ ਐਸੇ ਕਰਤੇ ਹੋਏ, ਤੁਮਨੇ ਜੇ ਐਸਾ ਕੀ ਹੈ ਜਾ ਕੇ ਹਮਾਰੇ ਅੰਮ੍ਰਿਤਸਰ ਮੇਂ ਹਰਿਮੰਦਰ ਸਾਹਿਬ। ਸੋ ਇਹ ਉਹੀ ਵੀਡੀਓ ਸੀ ਜਿਸ ਦੇ ਵਿੱਚ ਇਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਜਿਸ ਤੋਂ ਬਾਅਦ ਸ਼ਾਇਦ ਇਸ ਦੇ ਮਨ ਦੇ ਵਿੱਚ ਥੋੜ੍ਹਾ ਹੋਰ ਸੌਫਟਨੈਸ ਆਈ ਇਸ ਮਾਮਲੇ ਉੱਤੇ, ਅਤੇ ਇਸਨੇ ਇੱਕ ਵੀਡੀਓ ਵੀ ਅਪਲੋਡ ਕੀਤੀ। ਵੀਡੀਓ ਦੇ ਵਿੱਚ ਇਸਨੇ ਜ਼ਾਹਿਰ ਕੀਤਾ, ਮਾਫ਼ੀ ਮੰਗੀ ਕਿ ਮੇਰੇ ਤੋਂ ਗਲਤੀ ਹੋ ਗਈ। ਉਹ ਬਿਆਨ ਵੀ ਤੁਸੀਂ ਇੱਕ ਵਾਰ ਜ਼ਰੂਰ ਸਕਰੀਨ 'ਤੇ ਸੁਣ ਲਵੋ। ਨਮਸਤੇ, ਮੈਂ ਅਭੀ 19 ਜੂਨ ਕੋ ਡੈਲੀ ਆਈ ਥੀ ਅਵਾਰਡ ਲੈਣੇ, ਮੁਝੇ ਯੋਗਾ ਔਰ ਵੈਲਨੈਸ ਮੇਂ ਕੰਟ੍ਰਿਬਿਊਸ਼ਨ ਕੇ ਦਿਆ ਗਿਆ ਥਾ, ਤੋ ਮੈਨੇ ਸੋਚਾ ਕਿ ਮੈਂ ਮਾਥਾ ਟੇਕ ਆਤੀ ਹੂੰ ਗੁਰਦੁਆਰਾ, ਔਰ ਜਿਸ ਦਿਨ ਯੋਗਾ ਡੇ ਥਾ ਮੁਝੇ ਲਗਾ ਕਿ ਮੇਰਾ ਜੋ ਫੇਵਰੇਟ ਆਸਨ ਹੈ ਸ਼ੀਰਸ਼ ਆਸਨ, ਜੋ ਮੈਂ ਹਰ ਜਗ੍ਹਾ ਕਰਤੀ ਹੂੰ, ਵੋ ਉਨਕੇ ਲੀਏ ਉਨਕੋ ਥੈਂਕ ਯੂ ਬੋਲਨੇ ਕੇ ਲੀਏ ਕੀਆ ਥਾ, ਨਹੀਂ ਕਿ ਕਿਸੀ ਕੇ ਸੈਂਟੀਮੈਂਟਸ ਕੋ ਹਰਟ ਕਰਨੇ ਕੇ ਲੀਏ, ਮੇਰੀ ਐਸੀ ਕੋਈ ਇੰਟੈਂਟ ਨਹੀਂ ਥਾ, ਮੁਝੇ ਇਤਨਾ ਬੁਰਾ ਲੱਗ ਰਿਹਾ ਹੈ ਕਿ ਆਪਕੋ ਬੁਰਾ ਲਗਾ ਹੈ, ਪਲੀਜ਼ ਮੁਝੇ ਮਾਫ਼ ਕਰ ਦੇਣਾ, ਮੇਰਾ ਐਸਾ ਕਿਸੀ ਵੀ ਸੰਪ੍ਰਦਾਇ ਕੋ ਜਾਂ ਕਿਸੀ ਵੀ ਰਿਲੀਜੀਅਸ ਇੰਸਟੀਟਿਊਸ਼ਨ ਕੋ ਹਰਟ ਕਰਨੇ ਕਾ ਮੇਰਾ ਕੋਈ ਇੰਟੈਂਸ਼ਨ ਨਹੀਂ ਥਾ, ਬਹੁਤ ਗਲਤ ਤਰੀਕੇ ਸੇ ਮੁਝੇ ਪਰਸੀਵ ਕੀਆ ਗਿਆ ਹੈ, ਮੁਝੇ ਇਤਨੀ ਸਾਰੀ ਧਮਕੀਆਂ ਆ ਰਹੀ ਹੈ, ਮਾਰਨੇ ਕੀ ਧਮਕੀਆਂ ਆ ਰਹੀ, ਮੁਝੇ ਗੰਦੀ ਗੰਦੀ ਗਾਲੀਆਂ ਆ ਰਹੀ ਹੈ। ਮੈਂ ਸਿਰਫ ਇਤਨਾ ਕਹਿਣਾ ਚਾਹਤੀ ਹੂੰ ਕਿ ਕੋਈ ਵੀ ਧਰਮ ਇਹ ਨਹੀਂ ਸਿਖਾਤਾ ਕਿ ਆਪ ਕਿਸੀ ਕੋ ਇਤਨਾ ਅਪਮਾਨਿਤ ਕਰੋ, ਉਨਕੀ ਗਲਤੀ ਹੋ ਤੋ ਮਾਫ਼ ਕਰ ਦੇਣਾ ਚਾਹੀਏ, ਮੈਂ ਤਹਿ ਦਿਨ ਸੇ ਮਾਫ਼ੀ ਮੰਗ ਰਹੀ ਹੂੰ, ਪਲੀਜ਼ ਮਾਫ਼ ਕਰ ਦੇਣਾ, ਮੈਂ ਆਗੇ ਸੇ ਨਹੀਂ ਕਰੂੰਗੀ ਔਰ ਧਿਆਨ ਰੱਖੂੰਗੀ, ਮੁਝੇ ਰੂਲਸ ਨਹੀਂ ਪਤਾ ਥੇ, ਮੈਂ ਇਮੋਸ਼ਨ ਮੇਂ ਬਹਿ ਗਈ ਥੀ ਪਰ ਮੇਰਾ ਇੰਟੈਂਟ ਗਲਤ ਨਹੀਂ ਥਾ, ਸਤਿ ਸ਼੍ਰੀ ਅਕਾਲ। ਸੋ ਮਾਮਲਾ ਤੁਸੀਂ ਸਭ ਦੇਖ ਚੁੱਕੇ ਹੋ ਕਿ ਆਖਿਰ ਕੀ ਹੈ ਪੂਰਾ ਮਾਮਲਾ। ਸੋਚਣ ਵਾਲੀ ਗੱਲ ਇਹ ਹੈ ਕਿ ਪਹਿਲਾਂ ਤਾਂ ਅਜਿਹੇ ਕੰਮ ਕਰਨੇ ਹੀ ਨਹੀਂ ਚਾਹੀਦੇ, ਮੰਨਿਆ ਸੋਸ਼ਲ ਮੀਡੀਆ ਦਾ ਜ਼ਮਾਨਾ ਪਰ ਕਿਸੇ ਦੇ ਸੈਂਟੀਮੈਂਟਸ ਨਹੀਂ ਹਰਟ ਹੋਣੇ ਚਾਹੀਦੇ, ਅਤੇ ਇਹੋ ਜਿਹੇ ਧਾਰਮਿਕ ਸਥਾਨਾਂ ਉੱਤੇ ਮੋਬਾਈਲਾਂ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਣੀ ਚਾਹੀਦੀ ਹੈ। ਹਾਲਾਂਕਿ ਚਾਹੇ ਉਹ ਗੁਰਦੁਆਰਾ ਹੋਵੇ, ਗੁਰੂ ਘਰ ਹੋਵੇ, ਮੰਦਰ ਹੋਵੇ, ਮਸਜਿਦ ਹੋਵੇ, ਉੱਥੇ ਅਜਿਹੀ ਚੀਜ਼ਾਂ ਦਾ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ। ਜਲਦ ਮਿਲਾਂਗੇ ਹੋਰ ਨਵਾਂ ਅਤੇ ਤਾਜ਼ਾ ਅਪਡੇਟ ਲੈ ਕੇ, ਜੁੜੇ ਰਹੋ ਗ੍ਰਿਵੇਨ ਸਟੋਰੀਜ਼ ਦੇ ਨਾਲ, ਅਤੇ ਇੱਕ ਵਾਰ ਆਪਣੇ ਕਮੈਂਟਸ ਜਾਂ ਵਿਚਾਰ ਜ਼ਰੂਰ ਕਮੈਂਟਸ ਬੋਕਸ ਦੇ ਵਿੱਚ ਦਿਓ।